ਕਿਸਾਨਾਂ ਵੱਲੋਂ ਮੁੜ ਤੋਂ ਰੇਲ ਰੋਕੋ ਦਾ ਸੱਦਾ ਦਿੱਤਾ ਗਿਆ ਹੈ। ਸਮੇਂ ਮੋਹਾਲੀ ਦੇ ਰੇਲਵੇ ਸਟੇਸ਼ਨ ਤੇ ਖੜੇ ਹੋਏ ਆ ਮੁੜ ਤੋਂ ਕਿਸਾਨ ਜਿਹੜੇ ਨੇ ਪਟਰੀਆਂ ਤੇ ਬੈਠੇ ਹੋਏ ਨੇ। ਦੇਖੋ ਵੀਰੇ, ਅਸੀਂ ਕੋਈ ਸ਼ੌਂਕ ਨੂੰ ਨਹੀਂ ਰੇਲਾਂ ਰੋਕੀਆਂ ਕਿ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹ ਰਹੇ ਹਾਂ ਕਿ ਅਸੀਂ ਹਲੇ ਤੁਸੀਂ ਸਾਡੇ ਭਾਵੇਂ ਗੋਲੀਆਂ ਮਾਰਤੀਆਂ, ਭਾਵੇਂ ਤੁਸੀਂ ਸਾਡਾ ਕਿਸਾਨ ਭਰਾ ਇੱਕ ਸਾਡਾ 23 ਸਾਲ ਦਾ ਸ਼ੁਭਕਰ ਸਿੰਘ ਸ਼ਹੀਦ ਕਰਤਾ, ਬਟ ਇਹ ਨਾ ਸੋਚਿਓ ਕਿ ਇਹ ਲੋਕ ਜਿਹੜੇ ਚੁੱਪ ਕਰਕੇ ਬਹਿ ਜਾਣਗੇ। ਸੂਚਨਾ ਤੰਤਰ ਦੇ ਉੱਤੇ ਇਸ ਟਾਈਮ ਸਰਕਾਰ ਦਾ ਕਬਜ਼ਾ ਹੈ। ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਬੰਦੇ ਪਲਾਂਟ ਕਰਦੀ ਹੈ। ਹੋ ਸਕਦਾ ਉਸ ਕੁੜੀ ਦਾ ਵੀ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਹੋ ਸਕਦਾ। ਮੈਂ ਆਪਣੇ ਹਿੱਸੇ ਦੀ 3 ਕਿੱਲੇ ਜ਼ਮੀਨ ਉਹਨਾਂ ਨੂੰ ਔਫਰ ਕਰਦਾ। ਉਹ ਅਗਲੇ 1 ਸਾਲ ਤੱਕ ਫਸਲ ਉਗਾਉਣ, ਖੇਤੀ ਕਰਨ ਔਰ ਮੁਨਾਫਾ ਕਮਾ ਕੇ ਦਿਖਾਉਣ। ਕਿਸਾਨਾਂ ਨੂੰ ਵੀ ਅਛੂਤ ਸਮਝਦੇ ਨੇ ਕਿ ਕਿਸਾਨ ਔਰੇ ਔਰੇ ਇਹਨੇ ਤਾਂ ਫੋਰਚੂਨਰ ਲੈ ਲਈ, ਫੋਰਚੂਨਰ ਤੁਹਾਨੂੰ ਅਛੂਤ ਹੋ ਗਈ। ਮੈਂ ਆਸਟ੍ਰੇਲੀਆ ਤੋਂ ਆਇਆ ਹੁਣ ਮੁੜ ਕੇ ਆਇਆ, ਜਿਵੇਂ 15 ਦਿਨ ਹੀ ਹੋਇਆ ਇਹਨੂੰ। ਕਿਸਾਨਾਂ ਵੱਲੋਂ ਮੁੜ ਤੋਂ ਰੇਲ ਰੋਕੋ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਮੋਹਾਲੀ ਦੇ ਰੇਲਵੇ ਸਟੇਸ਼ਨ 'ਤੇ ਖੜ੍ਹੇ ਹੋਏ ਆ ਮੁੜ ਤੋਂ ਕਿਸਾਨ ਜਿਹੜੇ ਨੇ ਪਟਰੀਆਂ 'ਤੇ ਬੈਠੇ ਹੋਏ ਨੇ। ਗੱਲਬਾਤ ਕਰ ਲੈਂਦੇ ਕਿ ਆਖਰ ਮੁੜ ਤੋਂ ਕੀ ਨੌਬਤ ਆ ਗਈ, ਕਿਉਂਕਿ ਇੱਕ ਤਰਫ ਸ਼ੰਭੂ ਖਨੌਰੀ ਬਾਰਡਰ 'ਤੇ ਮੋਰਚਾ ਚੱਲ ਰਿਹਾ। ਬਾਈ ਪ੍ਰਤੀਕ ਹੋਣੀ ਸਾਡੇ ਨਾਲ ਨੇ, ਹੋਰ ਵੀ ਨੌਜਵਾਨ ਨੇ। ਬਾਈ, ਲਗਾਤਾਰ ਤੁਸੀਂ ਵੀ ਵੀਡੀਓਜ਼ ਦੇਖੀਆਂ ਹੋਣਗੀਆਂ, ਹੁਣ ਲੋਕਾਂ ਦੇ ਵੀ ਵੀਡੀਓਜ਼ ਆ ਰਹੀ ਆ, ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਵੀਰੇ, ਅਸੀਂ ਕੋਈ ਸ਼ੌਂਕ ਨੂੰ ਨਹੀਂ ਰੇਲਾਂ ਰੋਕੀਆਂ। ਅਸੀਂ ਇੱਕ ਮੰਗ ਲੈ ਕੇ 13 ਫਰਵਰੀ ਨੂੰ ਦਿੱਲੀ ਚੱਲੇ ਸੀ, ਜੰਤਰ ਮੰਤਰ 'ਤੇ ਚੱਲੇ ਸੀ। ਜੰਤਰ ਮੰਤਰ ਇਹਨਾਂ ਸਰਕਾਰਾਂ ਨੇ ਹੀ ਬਣਾਇਆ ਹੋਇਆ ਕਿ ਜੇ ਕਿਸੇ ਨੇ ਵੀ ਸਾਇਲੈਂਟ ਪ੍ਰੋਟੈਸਟ ਕਰਨਾ ਇਸ ਦੇਸ਼ ਦੇ ਵਿੱਚ, ਤੁਸੀਂ ਡੈਮੋਕ੍ਰੇਟਿਕ ਤਰੀਕੇ ਨਾਲ ਪ੍ਰੋਟੈਸਟ ਕਰ ਸਕਦੇ ਹੋ। ਅਸੀਂ ਉਹੀ ਕਰਨ ਚੱਲੇ ਸੀ। ਸਾਨੂੰ ਇਹਨਾਂ ਦੀ ਗੌਰਮੈਂਟ ਨੇ ਹਰਿਆਣੇ ਦੇ ਬਾਰਡਰਾਂ 'ਤੇ ਰੋਕਿਆ, ਸਿਰਫ ਰੋਕਿਆ ਹੀ ਨਹੀਂ, ਗੋਲੀਆਂ ਮਾਰੀਆਂ, ਗੋਲੇ ਮਾਰੇ, ਸਾਡੇ ਇੱਕ ਮੁੰਡਾ ਸ਼ਹੀਦ ਕਰਤਾ। ਉਸ ਤੋਂ ਬਾਅਦ ਵੀ ਅਸੀਂ ਮੰਗਾਂ ਨੂੰ ਮੀਡੀਆ ਦੇ ਰਾਹੀਂ ਜਾਂ ਇਹਨਾਂ ਦੇ ਨਾਲ ਮੀਟਿੰਗਾਂ ਜਦੋਂ ਹੋਈਆਂ ਉਦੋਂ ਰੱਖੀਆਂ। ਸਾਡੀ ਜਦੋਂ ਕੋਈ ਗੱਲ ਇਹਨੇ ਸੁਣੇ, ਫਿਰ ਅਸੀਂ ਮਜਬੂਰੀ ਬਸ ਕੀ ਕਰਾਂਗੇ। ਇਹ ਸਾਡਾ ਜਿਹੜਾ ਅੱਜ ਅਸੀਂ ਦੇਖੋ, ਜੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਹੋਵੇ ਤਾਂ ਪੱਕੇ ਤੌਰ 'ਤੇ ਰੇਲਾਂ ਬੰਦ ਕਰੀਏ। ਅੱਜ ਵੀ ਜਿਹੜੀਆਂ ਰੇਲਾਂ ਅਸੀਂ ਰੋਕੀਆਂ, ਇਹ ਆਉਣੀਆਂ ਜਾਂ ਜਾਣੀਆਂ ਪੰਜਾਬ 'ਚੋਂ ਹੀ ਸੀ। ਅਸੀਂ ਆਪਣਾ ਨੁਕਸਾਨ ਨਹੀਂ ਕਰ ਰਹੇ, ਅਸੀਂ ਸਿਰਫ ਇਹ ਸਿੰਬੋਲਿਕ ਪ੍ਰੋਟੈਸਟ ਆ ਸਾਡਾ 12 ਵਜੇ ਤੋਂ 4 ਵਜੇ ਤੱਕ ਦਾ, ਕਿ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹ ਰਹੇ ਹਾਂ ਕਿ ਅਸੀਂ ਹਲੇ ਤੁਸੀਂ ਸਾਡੇ ਭਾਵੇਂ ਗੋਲੀਆਂ ਮਾਰਤੀਆਂ, ਭਾਵੇਂ ਤੁਸੀਂ ਸਾਡਾ ਕਿਸਾਨ ਭਰਾ ਇੱਕ ਸਾਡਾ 23 ਸਾਲ ਦਾ ਸ਼ੁਭਕਰਨ ਸਿੰਘ ਸ਼ਹੀਦ ਕਰਤਾ, ਬਟ ਇਹ ਨਾ ਸੋਚਿਓ ਕਿ ਇਹ ਲੋਕ ਜਿਹੜੇ ਚੁੱਪ ਕਰਕੇ ਬਹਿ ਜਾਣਗੇ। ਅਸੀਂ ਜਿਹੜੀਆਂ ਮੰਗਾਂ ਨੂੰ ਲੈ ਕੇ ਆਵਾਜ਼ ਚੱਕੀ, ਉਹ ਅੱਜ ਵੀ ਬੁਲੰਦ ਹੈ। ਇਹ ਬੋਲੀ ਸਰਕਾਰ ਨੂੰ ਅਸੀਂ ਇਹਨਾਂ ਦੇ ਕੰਨਾਂ 'ਚ ਇੱਕ ਆਵਾਜ਼ ਪਾਉਣ ਲਈ ਅੱਜ ਇਹ ਸਿੰਬੋਲਿਕ ਪ੍ਰੋਟੈਸਟ ਜਿਹੜਾ ਇਹ ਕੀਤਾ ਜੇ। ਬਾਈ, ਕੋਡ ਆਫ ਕੰਡਕਟ ਵੀ ਜਲਦੀ ਲੱਗਣ ਵਾਲਾ, ਹੋਰ ਮੋਰਚੇ ਨੂੰ ਜਿਸ ਤਰ੍ਹਾਂ ਦੇ ਨਾਲ ਕੋਰਟ ਦਾ ਵੀ ਫੈਸਲਾ ਆਉਂਦਾ ਕਿ ਟਰੈਕਟਰ ਟਰਾਲੀਆਂ ਨੂੰ ਲੈ ਕੇ, ਹੋਰ ਵੀ ਚੀਜ਼ਾਂ ਨੂੰ ਲੈ ਕੇ ਹਾਈ ਕੋਰਟ ਵੱਲੋਂ ਵੀ ਕਈ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ, ਸਾਰੀ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਰਾਜ ਦਾ ਜਿਹੜਾ ਪ੍ਰੋਟੈਸਟ ਹੈ, ਰੇਲਾਂ ਰੋਕੀਆਂ ਗਈਆਂ ਨੇ, ਇਹਦਾ ਕਿੰਨਾ ਕੁ ਪ੍ਰਭਾਵ ਜਿਹੜਾ ਪੈਣ ਵਾਲਾ? ਸਾਰੇ ਪੰਜਾਬ 'ਚ, ਪੂਰੇ ਦੇਸ਼ 'ਚ ਇਹ ਕੌਲ ਹੈ, ਤੁਸੀਂ ਦੇਖ ਸਕਦੇ ਹੋ, ਖਰੜ ਦੇ ਵਿੱਚ, ਕੁਰਾਲੀ ਤੋਂ, ਸਾਰੇ ਕਿਤੋਂ ਮੈਨੂੰ ਮੈਸੇਜ ਆਏ ਆ, ਫੋਨ ਆਏ ਆ, ਅਤੇ ਸਾਰੇ ਜਗ੍ਹਾ 'ਤੇ ਪ੍ਰੋਟੈਸਟ ਹੋ ਰਿਹਾ ਆ। ਅਤੇ ਜਿਹੜੀ 12 ਤੋਂ 4 ਵਜੇ ਦੀ ਕਾਲ ਹੈ, ਇਹਨੂੰ ਅਸੀਂ ਇਹਨੂੰ ਜਿਹੜਾ ਸਕਸੈਸਫੁਲ ਬਣਾਉਣਾ ਆ, ਇਹਦੇ 'ਚ ਲੱਗੇ ਹੋਏ ਹਾਂ। ਅਤੇ ਬਸ ਇਹੀ ਹੈ ਸਾਡੀ, ਜੋ ਸਾਡੀ ਕਾਲ ਹੋਊਗੀ ਜਥੇਬੰਦੀ ਦੀ, ਉਹਦੇ 'ਤੇ ਅਸੀਂ ਖਰੇ ਉਤਰਾਂਗੇ। ਬਾਈ, ਪਹਿਲਾਂ ਵੀ ਭਾਰਤ ਬੰਦ ਦਾ ਕਾਲ ਦਿੱਤੀ ਗਈ ਹੈ, ਪਹਿਲੇ ਵੀ ਰੇਲਾਂ ਰੋਕੀਆਂ ਗਈਆਂ, ਹੁਣ ਵੀ ਇੱਕ ਕੁੜੀ ਦੀ ਵੀ ਵੀਡੀਓ ਬੜੀ ਸ਼ਰਮਨਾਕ ਵੀਡੀਓ ਸੀਗੀ, ਖਰੜ ਦੀ ਸ਼ਾਇਦ ਵੀਡੀਓ ਸੀਗੀ, ਉਹ ਵੀ ਸਾਹਮਣੇ ਆਈ ਸੀਗੀ। ਸਾਰੀ ਚੀਜ਼ਾਂ ਨੂੰ ਲੈ ਕੇ, ਪ੍ਰੋਟੈਸਟ ਨੂੰ ਲੈ ਕੇ ਕੀ ਸੋਚ ਰਹੇ ਹੋ ਹੁਣ? ਪ੍ਰੋਟੈਸਟ ਅੰਦੋਲਨ ਕਿੱਥੇ ਖੜ੍ਹਾ? ਦੇਖੋ, ਅੰਦੋਲਨ ਜੋ ਹੈ ਇਹ ਕੋਈ ਪੋਲੀਟੀਕਲ ਮੂਵਮੈਂਟ ਨਹੀਂ ਹੁੰਦੇ। ਜਿਹੜੇ ਲੋਕ ਇਹਨੂੰ ਰਾਜਨੀਤਿਕ ਰੰਗ ਦੇ ਕੇ ਦਿਖਾਉਣਾ ਚਾਹੁੰਦੇ ਨੇ ਨਾ, ਸੂਚਨਾ ਤੰਤਰ ਦੇ ਉੱਤੇ ਇਸ ਟਾਈਮ ਸਰਕਾਰ ਦਾ ਕਬਜ਼ਾ ਹੈ। ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਹੀ ਬੰਦੇ ਪਲਾਂਟ ਕਰਦੀ ਹੈ।
ਹੋ ਸਕਦਾ ਉਸ ਕੁੜੀ ਦਾ ਵੀ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਹੋ ਸਕਦਾ ਹੋਵੇਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਜਿਸ ਐਗਰੈਸ਼ਨ ਦੇ ਨਾਲ ਉਹਨੇ ਆਪਣਾ ਆਪਣੀ ਚੀਜ਼ ਉੱਤੇ ਦਿਖਾਉਣਾ ਚਾਹ ਰਹੀ ਸੀ, ਬੜੀ ਗੰਦੀ ਔਰ ਭੱਦੀ ਭਾਸ਼ਾ ਦਾ ਇਸਤੇਮਾਲ ਕਰ ਰਹੀ ਸੀ, ਇੱਕ ਔਰਤ ਜੋ ਹੈ ਉਹ ਬਹੁਤ ਸਨਮਾਨਯੋਗ ਹੁੰਦੀ ਹੈ। ਸਾਡੇ ਗੁਰੂਆਂ ਪੀਰਾਂ ਨੇ ਕਿਹਾ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਅਸੀਂ ਸਨਮਾਨ ਕਰਦੇ ਹਾਂ ਔਰਤ ਦਾ, ਦੇਵੀ ਦਾ ਦਰਜਾ ਦਿੱਤਾ ਜਾਂਦਾ, ਪਰ ਅੰਨਪੂਰਨਾ ਮਾਤਾ ਦੇ ਨਾਲ ਆ ਕੇ ਬੈਠਣ ਦੀ ਬਜਾਏ, ਜਿਹੜੀਆਂ ਮਾਤਾਵਾਂ ਭੈਣਾਂ ਉੱਥੇ ਧਰਨੇ 'ਤੇ ਬੈਠੀਆਂ ਸਨ, ਅੱਜ ਵੀ ਬੈਠੀਆਂ ਹੋਈਆਂ ਨੇ, ਉਹਨਾਂ ਅੰਨਪੂਰਨਾ ਮਾਤਾ ਤੁੱਲੇ ਲੋਕਾਂ ਦੇ ਨਾਲ ਬੈਠਣ ਦੀ ਬਜਾਏ ਉਹਨਾਂ ਨੂੰ ਗੰਦੀਆਂ ਭਾਸ਼ਾ ਦੇ ਵਿੱਚ ਗਾਲਾਂ ਦੇਣਾ, ਉਹਨਾਂ ਨੂੰ ਗੰਦੇ ਸ਼ਬਦ ਉਹਨਾਂ ਲਈ ਇਸਤੇਮਾਲ ਕਰਨਾ, ਇਹ ਕਿੱਧਰ ਦਾ ਮਤਲਬ? ਜੇ ਉਹਨੂੰ ਸਾਡੇ ਨਾਲ ਕੋਈ ਦਿੱਕਤ ਸੀ, ਆਉਂਦੀ ਜਿਉਂ ਸਦਕੇ ਆਉਂਦੀ, ਕਹਿੰਦੀ ਕਿ ਬਈ ਤੁਸੀਂ ਫਲਾਣੀ ਫਲਾਣੀ ਗੱਲ 'ਤੇ ਗਲਤ ਹੋ, ਤੁਹਾਡੀ ਆਹ ਮੰਗ ਗਲਤ ਹੈ, ਤੁਹਾਡੀ ਫਲਾਣੀ ਮੰਗ ਗਲਤ ਹੈ। ਮੈਂ ਉਸ ਚੀਜ਼ ਦਾ ਉਦਾਹਰਣ ਦੇ ਸਕਦੀ ਹਾਂ, ਮੈਂ ਹਾਲੇ ਵੀ ਉਸ ਕੁੜੀ ਨੂੰ ਇੱਕ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਤੋਂ, ਕਿਉਂਕਿ ਮੈਂ ਨਹੀਂ ਜਾਣਦਾ ਕਿੱਥੇ ਰਹਿੰਦੀ ਕਿੱਥੇ ਨਹੀਂ ਰਹਿੰਦੀ। ਮੈਂ ਉਹਨੂੰ ਇਹ ਕਹਾਂਗਾ ਕਿ ਅਸੀਂ ਇੱਕ ਔਰਤ ਨੂੰ ਅੰਨਪੂਰਨਾ ਦੇਵੀ ਦਾ ਅਵਤਾਰ ਵੀ ਸਮਝਦੇ ਹਾਂ, ਸੋ ਬਤੌਰ ਅੰਨਪੂਰਨਾ ਦੇਵੀ ਉਹਨਾਂ ਨੂੰ ਮੈਂ ਇਹ ਅਰਦਾਸ ਕਰਨਾ ਚਾਹਾਂਗਾ, ਇਹ ਰਿਕੁਐਸਟ ਕਰਨਾ ਚਾਹਾਂਗਾ ਕਿ ਸਾਡੀਆਂ ਮਾਤਾਵਾਂ ਭੈਣਾਂ ਨੂੰ ਗਾਲਾਂ ਕੱਢਣੀਆਂ ਤਾਂ ਬੜੀਆਂ ਸੌਖੀਆਂ ਸਨ, ਮੈਂ ਆਪਣੇ ਹਿੱਸੇ ਦੀ 3 ਕਿੱਲੇ ਜ਼ਮੀਨ ਉਹਨਾਂ ਨੂੰ ਔਫਰ ਕਰਦਾ, ਉਹ ਅਗਲੇ 1 ਸਾਲ ਤੱਕ ਫਸਲ ਉਗਾਉਣ, ਖੇਤੀ ਕਰਨ ਔਰ ਮੁਨਾਫਾ ਕਮਾ ਕੇ ਦਿਖਾਉਣ, ਜਿੰਨਾ ਮੁਨਾਫਾ ਆਏਗਾ ਉਹ ਵੀ ਉਹਨਾਂ ਦਾ ਔਰ ਜਿੰਨਾ ਖਰਚਾ ਹੋਏਗਾ ਉਹ ਮੈਂ ਦਿਆਂਗਾ ਔਰ ਮੇਰੀ 3 ਕਿੱਲੇ ਜ਼ਮੀਨ ਵੀ ਉਹਨਾਂ ਦੇ ਨਾਮ ਲਵਾ ਦਿਆਂਗਾ। ਜੇ ਉਹ ਇਹ ਸਾਬਿਤ ਕਰ ਪਾਈ ਕਿ ਸਾਨੂੰ ਮੁਨਾਫਾ ਹੁੰਦਾ ਖੇਤੀ ਤੋਂ ਬਿਨਾਂ MSP ਤੋਂ। ਬਈ ਇਹਦੇ ਨਾਲ ਨਾਲ ਤੁਸੀਂ ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓਜ਼ ਦੇਖੀਆਂ ਹੋਣਗੀਆਂ, ਲੋਕ ਕਹਿ ਰਹੇ ਆ ਕਿ ਇਹ ਤਾਂ ਰੇਂਜ ਰੋਵਰਾਂ 'ਤੇ ਆ ਰਹੇ ਆ, ਫੋਰਚੂਨਰਾਂ 'ਤੇ ਆ ਰਹੇ ਆ, ਵੱਡੀ ਵੱਡੀ ਗੱਡੀਆਂ ਇਹਨਾਂ ਕੋਲ ਨੇ, ਕਹਿ ਰਹੇ 30-30 ਲੱਖ ਦੇ ਟਰੈਕਟਰ ਇਹਨਾਂ ਨੇ ਤਿਆਰ ਕਰਾਏ ਹੋਏ ਨੇ। ਮੈਂ ਇੱਕ ਚੀਜ਼ ਉਹਨਾਂ ਨੂੰ ਦੱਸਣਾ ਚਾਹਾਂਗਾ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਫੋਰਚੂਨਰ 'ਤੇ ਆ ਰਹੇ ਨੇ ਕਿਸਾਨ ਜਾਂ ਵੱਡੀਆਂ ਵੱਡੀਆਂ ਗੱਡੀਆਂ 'ਤੇ ਆ ਰਹੇ ਨੇ, ਬਈ ਮੈਨੂੰ ਇੱਕ ਗੱਲ ਦੱਸੋ, ਪਹਿਲੀ ਚੀਜ਼ ਤਾਂ ਥੋੜ੍ਹਾ ਜਿਹਾ ਡੇਟਾ ਆਉਣਾ ਚਾਹੀਦਾ। ਮੈਂ ਰੀਸੈਂਟਲੀ ਇੱਕ ਫੋਟੋਗ੍ਰਾਫ ਜੋ ਹੈ ਦੇਖੀ ਸੀ ਜਿਹਦੇ ਵਿੱਚ ਪੁਰਾਣੇ ਧਰਨੇ ਦੀ, ਸਾਲ 2000 ਆਪਣਾ 2021 ਵਾਲੇ ਧਰਨੇ ਦੀ ਇੱਕ ਫੋਟੋਗ੍ਰਾਫ ਜੋ ਹੈ, ਫੋਰਸ ਗੋਰਖਾ ਨਾਮ ਦੀ ਇੱਕ ਕੰਪਨੀ ਹੈ ਉਹਦੀ ਇੱਕ ਗੱਡੀ ਸੀਗੀ, ਉਹ ਕਿਸੇ ਅੰਮ੍ਰਿਤਸਰ ਦੇ ਵਪਾਰੀ ਮੁੰਡੇ ਨੇ, ਵਪਾਰੀ ਸੀਗਾ, ਖੇਤੀ ਨਹੀਂ ਸੀ ਕਰਦਾ ਪਰ ਉਹ ਕਿਸਾਨਾਂ ਦੇ ਸਮਰਥਨ 'ਚ ਗਿਆ ਸੀ। ਹੁਣ ਉਹ ਵਪਾਰੀ ਮੁੰਡਾ ਆਪਣੀ ਗੱਡੀ ਲੈ ਕੇ ਆਇਆ, ਉਹਨੇ ਮੋਡੀਫਾਈ ਕਰਾਈ, ਉਹ ਇੱਦਾਂ ਦੀ ਲੱਗ ਰਹੀ ਸੀ ਜਿਵੇਂ ਮਰਸਡੀਜ਼ ਹੋਵੇ, ਉਹ ਲੈ ਕੇ ਉੱਥੇ ਪਹੁੰਚਿਆ ਸੀਗਾ ਧਰਨੇ 'ਤੇ ਕਿਸਾਨਾਂ ਦਾ ਸਮਰਥਨ ਕਰਨ। ਹੁਣ ਕੋਈ ਸਾਡਾ ਵਪਾਰੀ ਭਰਾ ਜਾਂ ਇੱਥੇ ਹੋਰ ਵੀ ਕਈ ਪ੍ਰੋਫੈਸ਼ਨ ਦੇ ਲੋਕ ਆਉਂਦੇ ਨੇ, ਜਿਵੇਂ ਮੈਂ ਵੀ ਇੱਕ ਪ੍ਰਾਈਵੇਟ ਕੰਪਨੀ 'ਚ ਜੋਬ ਕਰਦਾ, ਹੁਣ ਮੇਰੀ ਤਨਖਾਹ ਇੰਨੀ ਹੋਏਗੀ ਕਿ ਮੈਂ ਇੱਕ ਅੱਛਾ ਸਮਾਰਟਫੋਨ ਲੈ ਸਕਾਂ, ਇੱਕ ਗੱਡੀ ਲੈ ਸਕਾਂ, ਪਰ ਮੈਂ ਆਪਣੇ ਜੋ ਹੈ ਖੇਤ ਖਲਿਆਣ ਜਿਹੜੇ ਸਾਡੇ ਵੀਰ ਨੇ ਉਹਨਾਂ ਦਾ ਸਮਰਥਨ ਕਰਨ ਆਇਆ। ਹੁਣ ਉਹ ਮੇਰੀ ਗੱਡੀ ਦੀ ਫੋਟੋ ਖਿੱਚ ਕੇ ਕੋਈ ਲਿਜਾ ਕੇ ਪਾ ਦੇ ਕਿਤੇ ਵੀ, ਔਰ ਕਹੇ ਜੀ ਕਿਸਾਨ ਤਾਂ ਬੜੇ ਅਮੀਰ ਨੇ, ਕੋਈ ਤੁੱਕ ਥੋੜ੍ਹੀ ਬਣਦਾ, ਕੋਈ ਲੌਜਿਕ ਥੋੜ੍ਹੀ ਹੈ, ਇਹ ਕੋਈ ਇਹਦੇ ਨਾਲ ਕੁਝ ਸਾਬਿਤ ਨਹੀਂ ਹੁੰਦਾ। ਜੇ ਕੋਈ ਸਾਡੇ ਕਿਸਾਨਾਂ ਦੇ ਵਿੱਚ ਆਵੇ, ਧਰਨੇ 'ਤੇ ਆਵੇ, ਅਸੀਂ ਨਾਲ ਜਾਵਾਂਗੇ, ਪੂਰਾ ਡੇਟਾ ਕਲੈਕਟ ਕਰੇ ਕਿਹਦੇ ਨਾਲ ਕਿੰਨੀ ਜ਼ਮੀਨ ਹੈ, ਪੂਰਾ ਡੇਟਾ, ਖੁੱਲ੍ਹਾ ਚੈਲੰਜ ਹੈ ਸਰਕਾਰ ਨੂੰ, ਔਰ ਸਾਬਿਤ ਕਰਕੇ ਦਿਖਾ ਦੇ ਜੇ 87% ਤੋਂ ਜ਼ਿਆਦਾ ਕਿਸਾਨ ਛੋਟੀ ਜੋਤ ਵਾਲੇ ਨਾ ਨਿਕਲੇ ਔਰ ਉਹਨਾਂ ਦੇ ਕੋਲ ਆਪਣਾ ਟਰੈਕਟਰ ਤੱਕ ਨਾ ਹੋਇਆ, ਤੇ ਮੇਰਾ ਨਾਮ ਬਤਾ ਦਿਆ ਜੀ। ਬਈ ਤੁਹਾਡੇ ਤੋਂ ਵੀ ਸਵਾਲ ਕਰਨਾ ਚਾਹੁੰਦਾ, ਕਿਉਂਕਿ ਜਿਹੜੀ ਗੱਲ ਇਹ ਕਿ ਉਹਨਾਂ ਨੇ ਕਿਵੇਂ ਲਈਆਂ ਗੱਡੀਆਂ, ਕਿਵੇਂ ਲਈਆਂ, ਮੋਦੀ ਸਾਹਿਬ ਨੇ ਇੱਕ ਨੈਸ਼ਨਲ ਟੈਲੀਵਿਜ਼ਨ 'ਤੇ ਕਿਹਾ ਸੀਗਾ, ਮੈਂ 30 ਸਾਲ ਤੱਕ ਭਿਕਚਾ ਮੰਗ ਕੇ ਕਾਇਆ ਹੂੰ, ਲੱਖ ਦੀਆਂ ਲਾਹਨਤਾਂ ਇਹੋ ਜਿਹੇ ਬੰਦੇ 'ਤੇ ਜਿਹਦੀਆਂ ਦੋਵੇਂ ਅੱਖਾਂ ਸਲਾਮਤ, ਜ਼ਬਾਨ ਸਲਾਮਤ ਜਿਹੜੀ ਚਕੜ ਚਕੜ ਚੱਲਦੀ ਹੈ, ਦੋਵੇਂ ਹੱਥ ਸਲਾਮਤ, ਦੋਵੇਂ ਲੱਤਾਂ ਸਲਾਮਤ, ਉਹਦੇ ਬਾਵਜੂਦ ਵੀ 30 ਸਾਲ ਭੀਖ ਮੰਗ ਕੇ ਖਾਧੀ ਉਹਨੇ, ਅਤੇ ਅੱਜ 3.25 ਕਰੋੜ ਦਾ ਸੂਟ ਪਾਉਂਦਾ,
400 crore ਦੇ ਪਲੇਨ ਦੇ ਵਿੱਚ ਜਾਂਦਾ, ਉਹ ਜਾ ਸਕਦਾ? ਉਹਦੇ ਕੋਲ ਨਾ ਜ਼ਮੀਨ ਹੈ, ਨਾ ਕੁਛ ਹੈ, ਨਾ ਲੈਣਾ ਨਾ ਦੇਣਾ। ਪ੍ਰਧਾਨ ਮੰਤਰੀ ਦੀ ਤਾਂ ਇੰਨੀ ਤਨਖਾਹ ਹੀ ਨਹੀਂ ਹੁੰਦੀ ਕਿ ਐਡੀਆਂ ਐਡੀਆਂ ਮਹਿੰਗੀਆਂ ਚੀਜ਼ਾਂ ਲੈ ਸਕੇ। ਸਾਡੇ ਕਿਸਾਨ ਜਿਹੜੇ ਨੇ ਉਹ ਅੱਡੀਆਂ ਰਗੜਦੇ ਨੇ, ਇਹਨਾਂ ਦੇ ਕਈਆਂ ਦੇ ਬੱਚੇ ਇਹਨਾਂ ਨੇ ਪੜ੍ਹਾ ਲਿਖਾ ਕੇ ਆਪਣੀ ਮਿਹਨਤ ਦੇ ਨਾਲ, ਮੋਦੀ ਵਾਂਗਰਾ ਭੀਖ ਨਹੀਂ ਮੰਗੀ, 30 ਸਾਲ ਮਿਹਨਤ ਕੀਤੀ, ਮਿਹਨਤ ਕਰਕੇ ਮੇਰੇ ਮਾਂ ਪਿਓ ਨੇ ਮੇਰੇ ਸਕੂਲ ਦੀ ਫੀਸ ਦਿੱਤੀ, ਮੇਰੀ ਯੂਨੀਵਰਸਿਟੀ ਦੀ ਫੀਸ ਦਿੱਤੀ, ਮੈਂ ਡਿਗਰੀ ਲਈ, ਔਰ ਅੱਜ ਜੇ ਮੈਂ 4 ਪੈਸੇ ਕਮਾ ਕੇ ਜੇ ਮੈਂ ਗੱਡੀ ਲੈ ਲਵਾਂ ਤਾਂ ਇਹਨਾਂ ਮੋਦੀ ਭਗਤਾਂ ਨੂੰ ਕੀ ਪੀੜ ਹੁੰਦੀ? ਇਹਨਾਂ ਨੂੰ ਕਿਹੜੀ ਢਿੱਡ ਤਕਲੀਫ ਹੈ? ਔਰ ਜੇ ਇਹਨਾਂ ਨੂੰ ਸਾਡੀਆਂ ਮੋਟਰਾਂ ਸਾਈਕਲਾਂ ਪਹਿਲਾਂ, ਮੈਨੂੰ ਸਮਝ ਨਹੀਂ ਆਉਂਦਾ ਇਹਨਾਂ ਨੂੰ ਤਕਲੀਫ ਕੀ ਹੈ, ਇਹ ਕੀ ਚਾਹੁੰਦੇ ਨੇ ਕਿ ਸਾਡੇ ਜਿਵੇਂ ਸਾਡੇ ਮਾਂ ਪਿਓ ਇਹ ਜਿਹੜੇ ਉਹ ਹਰਾਰਕੀ ਰੱਖਣਾ ਚਾਹੁੰਦੇ ਨੇ ਨਾ ਕਿ ਦਲਿਤ ਜਿਹੜਾ ਉਹ ਦਲਿਤ ਹੀ ਰਹੇ, ਉਹਨੂੰ ਅੱਡ ਭਾਂਡੇ 'ਚ ਹੀ ਪਾਣੀ ਪਿਆਇਆ ਜਾਏ, ਐਵੇਂ ਹੀ ਕਿਸਾਨਾਂ ਨੂੰ ਵੀ ਅਛੂਤ ਸਮਝਦੇ ਨੇ ਕਿ ਕਿਸਾਨ ਔਰੇ ਔਰੇ ਇਹਨੇ ਤਾਂ ਫੋਰਚੂਨਰ ਲੈ ਲਈ, ਫੋਰਚੂਨਰ ਤੋਂ ਅਛੂਤ ਹੋ ਗਈ, ਕੀ ਦਿੱਕਤ ਇਹਨਾਂ ਨੂੰ? ਸਾਡੇ ਇਹਨਾਂ ਨੂੰ ਸਾਡੇ ਫੋਰਚੂਨਰਾਂ ਤੋਂ, ਸਾਡੇ ਫੋਨ ਤੋਂ, ਸਾਡੇ ਮੋਬਾਈਲ ਤੋਂ, ਸਾਡੀਆਂ ਗੱਡੀਆਂ ਤੋਂ, ਸਾਡੇ ਟਰੈਕਟਰਾਂ ਤੋਂ ਦਿੱਕਤ ਕੀ ਹੈ? ਇਹਨਾਂ ਨੂੰ ਦੱਸਣਾ ਚਾਹੀਦਾ। ਅਸੀਂ ਇਹਨਾਂ ਦੇ ਘਰ ਡਾਕਾ ਮਾਰ ਕੇ ਖਰੀਦੀ, ਅਸੀਂ ਚੋਰੀ ਕਰਕੇ ਖਰੀਦੀ? ਮੈਂ ਇਹਦੇ 'ਚ ਗੱਲ ਜੋੜਦਾ ਬਾਈ ਦੀ, ਜਿਹੜੀ ਸਮਾਰਟਫੋਨ ਵਾਲੀ ਗੱਲ ਹੈ, ਇੱਕ ਪਾਸੇ ਤਾਂ ਸਰਕਾਰ ਇਹ ਕਹਿੰਦੀ ਜੀ ਹੁਣ ਜਿਹੜੀ ਫਸਲ ਅਸੀਂ ਵੇਚਾਂਗੇ ਉਹਦੇ ਪੈਸੇ ਜਿਹੜੇ ਤੁਹਾਡੇ ਸਿੱਧੇ ਖਾਤੇ 'ਚ ਆ ਜਾਣਗੇ, ਖਾਤੇ ਦਾ ਮੈਸੇਜ ਤੁਹਾਡੇ ਫੋਨ 'ਤੇ ਆ ਜਾਊਗਾ ਜੀ। ਉਦੋਂ ਤਾਂ ਕਹਿੰਦੇ ਵੀ ਕਿਸਾਨਾਂ ਕੋਲ ਸਮਾਰਟਫੋਨ ਹੋਣਾ ਚਾਹੀਦਾ ਬਾਈ, ਤਾਂ ਕਿ ਕਿਸਾਨ ਨੂੰ ਪਤਾ ਲੱਗ ਜੇ, ਠੀਕ ਹੈ? ਜੇ ਕਿਸਾਨ ਸਮਾਰਟਫੋਨ ਰੱਖ ਲੈਂਦਾ ਤਾਂ ਇਹਨਾਂ ਦੇ ਭਗਤ ਕਹਿੰਦੇ ਇਹਦੇ ਕੋਲ ਸਮਾਰਟਫੋਨ ਕਿਉਂ ਹੈ? ਇਹ ਅਮੀਰ ਹੋ ਗਿਆ ਬਾਈ, ਕਿਉਂ ਨਾ ਹੋਵੇ ਕਿਸਾਨ ਦਾ, ਹਿੰਦੁਸਤਾਨ ਦਾ ਜੇ ਕਿਸਾਨ ਅਮੀਰ ਹੁੰਦਾ ਤਾਂ ਸ਼ਾਨ ਦੀ ਗੱਲ ਹੈ ਕਿ ਮਾੜੀ ਗੱਲ ਹੈ? ਤੁਸੀਂ ਮਾਣ ਨਾਲ ਕਹੋ ਬਾਈ ਸਾਡੇ ਕਿਸਾਨ ਦੇ ਸਾਡੇ ਦੇਸ਼ ਦੇ ਕਿਸਾਨ ਵੀ ਫੋਰਚੂਨਰ ਰੱਖੀ ਫਿਰਦੇ ਆ, ਮਾੜੀ ਮੋਟੀ ਗੱਲ ਹੈ? ਕੋਈ ਮਾੜੀ ਗੱਲ ਹੈ, ਚੰਗੀ ਗੱਲ ਹੈ? ਤਾਂ ਪੈਂਟ ਕਮੀਜ਼ 'ਤੇ ਵੀ ਕਮੈਂਟ ਕਰ ਦਿੰਦੇ ਕਿ ਕੱਪੜੇ ਕਿੰਨੇ ਚੰਗੇ ਪਾਏ ਇਹਨਾਂ ਨੇ। ਇਹੀ ਤਾਂ ਗੱਲ ਹੈ ਯਾਰ, ਮਤਲਬ ਸੋਚਣ ਵਾਲੀ ਗੱਲ ਹੈ ਵੀ ਇਹ ਮਾੜੀ ਗੱਲ ਹੈ ਕਿ ਚੰਗੀ ਗੱਲ ਹੈ? ਮਤਲਬ ਤੁਸੀਂ ਅੱਜ ਤੋਂ ਅੰਗਰੇਜ਼ਾਂ ਵਾਲਾ ਹੀ ਕਿਸਾਨ ਦੇਖ ਰਹੇ ਹੋ ਵੀ ਜਿਹੜਾ ਵਿਚਾਰਾ ਫਟੇ ਕੱਪੜੇ ਪਾਉਂਦਾ ਸੀ, ਜਿਹੜੀ ਉਹ ਮਾੜੀ ਖੇਤੀ ਕਰਦਾ ਸੀ, ਉਹ ਲਗਾਨ ਵੀ ਦਿੰਦਾ ਸੀ ਉਸ ਵੇਲੇ, ਹੈ ਨਾ, ਕਿੰਨਾ ਕੁਛ ਕਰਦਾ ਸੀ, ਫਿਰ ਉਹ ਚੰਗੀ ਗੱਲ ਹੈ? ਸਗੋਂ ਜੇ ਅੱਜ ਕਿਸਾਨ ਸਾਡੇ ਦੇਸ਼ ਦਾ ਫੋਰਚੂਨਰਾਂ ਤੱਕ ਆ ਗਿਆ, ਇਹਦਾ ਮਤਲਬ ਅਸੀਂ ਭਾਈ ਮਿਹਨਤ ਕਰਨੀ ਨਹੀਂ ਛੱਡੀ ਹੈ, ਇਹਦਾ ਮਤਲਬ ਅਸੀਂ ਅੱਜ ਵੀ ਮਿਹਨਤ ਕਰ ਰਹੇ ਹਾਂ। ਜੇ ਤੁਸੀਂ ਇਹ ਗੱਲ ਕਰਦੇ ਹੋ ਵੀ ਇਹਨਾਂ ਨੂੰ ਤਾਂ MSP ਮਿਲਦੀ ਹੈ, ਜੇ ਇਹਨਾਂ ਨੂੰ ਸਬਸਿਡੀਆਂ ਮਿਲਦੀਆਂ, ਜਿਹੜੀ MSP ਮਿਲਦੀ ਆ ਨਾ ਉਹਦੇ ਸਬਸਿਡੀ ਕੱਟੀ ਜਾਂਦੀ ਆ, ਉਹਦਾ ਕੰਜ਼ਿਊਮਰ ਨੂੰ ਫਾਇਦਾ, ਸਾਨੂੰ ਕੋਈ ਫਾਇਦਾ ਨਹੀਂ ਹੈ ਉਹਦਾ। ਜੇ ਮੰਨ ਲਓ ਤੁਸੀਂ ਮੈਨੂੰ ਬਿਜਲੀ ਸਸਤੀ ਦੇਤੀ, ਜਿਹੜੀ ਉਹ ਬਿਜਲੀ ਮੈਨੂੰ ਸਸਤੀ ਦਿੱਤੀ ਆ ਫਸਲ ਬੀਜਣ ਵਾਸਤੇ, ਜਦੋਂ ਮੈਂ ਫਸਲ ਬੀਜ ਕੇ ਉਹਨੂੰ ਵੇਚਣ ਚੱਲਿਆ ਤਾਂ ਮੇਰੀ ਸਬਸਿਡੀ ਉਹਦੇ 'ਚ ਕੱਟੀ ਗਈ ਹੈ MSP 'ਚ, ਜਿਹੜੀ ਅੱਜ ਮਿਲ ਰਹੀ ਹੈ। ਜਿਹੜੀ ਕੋਸਟ ਤੈਅ ਹੋਏਗੀ ਨਾ, ਜਿਵੇਂ ਵੀ ਇੱਕ ਸੰਸਥਾ ਹੈ ਜਿਹੜੀ ਕੋਸਟ ਤੈਅ ਕਰਦੀ ਹੈ, MSP ਤੈਅ ਕਰਦੀ ਹੈ, ਉਹਨੇ ਕੀ ਕਰਨਾ, ਜਦੋਂ ਖਰਚੇ ਕਾਊਂਟ ਕਰਨੇ ਨੇ ਨਾ, ਖਰਚੇ ਕਾਊਂਟ ਕਰਕੇ A2+ ਫਾਰਮੂਲੇ ਨਾਲ MSP ਤੈਅ ਹੁੰਦੀ। 3 ਫਾਰਮੂਲੇ ਨੇ MSP ਤੈਅ ਕਰਨ ਦੇ, ਇਹ ਸਾਨੂੰ ਅਨਪੜ੍ਹ ਸਮਝਦੇ ਨੇ, ਪਰ ਅਸੀਂ ਹੈ ਨਹੀਂ। 3 ਫਾਰਮੂਲੇ ਨੇ A2+, A2+ FL ਔਰ C2+ 50%, ਜੋ ਕਿ ਸਵਾਮੀਨਾਥਨ ਜੀ ਨੇ ਜੋ ਹੈ ਸੁਜੈਸਟ ਕੀਤਾ ਸੀਗਾ। ਹੁਣ ਜਿਹੜੀ MSP ਹੁਣ ਦਿੱਤੀ ਜਾਂਦੀ ਉਹ A2+ ਫਾਰਮੂਲੇ ਦੇ ਨਾਲ ਹੈ, ਉਹਦੇ 'ਚ FL ਵੀ ਨਹੀਂ ਜੁੜਦਾ। ਹੁਣ ਉਹ ਜਦੋਂ ਕੋਸਟ ਕੈਲਕੂਲੇਟ ਹੋਣੀ ਹੈ ਨਾ, ਉਹਦੇ ਵਿੱਚੋਂ ਸਬਸਿਡੀ ਮਾਈਨਸ ਕਰਨੀ ਹੈ। ਮਤਲਬ ਜੇ ਸਰਕਾਰ ਨੇ ਸਾਨੂੰ ਕਿਸੇ ਫਸਲ ਨੂੰ ਉਗਾਉਣ 'ਤੇ 100 ਰੁਪਏ ਦੀ ਜੇ ਲਾਗਤ ਆਉਂਦੀ ਹੈ ਨਾ ਪ੍ਰਤੀ ਕੁਇੰਟਲ, ਅਤੇ ਜਿਹੜੀ 10 ਰੁਪਏ ਦੀ ਸਬਸਿਡੀ ਸਾਨੂੰ ਦਿੱਤੀ ਨਾ ਫ੍ਰੀ ਬਿਜਲੀ ਦੇ ਰੂਪ ਦੇ ਵਿੱਚ ਜਾਂ ਖਾਦ ਦੇ ਉੱਤੇ ਦਿੱਤੀ, ਉਹ ਕਟੀਚੀ ਜਾਵੇਗੀ, ਕੋਸਟ ਗਿਣੀ ਜਾਏਗੀ 90 ਰੁਪਏ। ਹੁਣ ਜਦੋਂ 90 ਰੁਪਏ ਕੋਸਟ ਗਿਣੀ ਜਾਏਗੀ, ਸਾਨੂੰ MSP 90 ਰੁਪਏ ਦੇ ਉੱਪਰ ਕੈਲਕੂਲੇਟ ਕਰਕੇ ਦਿੱਤੀ ਜਾਏਗੀ। ਅਸੀਂ ਇਹ ਨਹੀਂ ਕਹਿ ਰਹੇ, ਸਾਡਾ ਇਹ ਵਿਰੋਧ ਹੈ ਹੀ ਨਹੀਂ ਵੀ ਉਹ 90 ਉਹ 10 ਰੁਪਏ ਨਾ ਘਟਾਓ। ਅਸੀਂ ਕਹਿੰਦੇ ਘਟਾ ਦਿਓ ਬਈ, ਕੋਈ ਗੱਲ ਨਹੀਂ, ਤੁਸੀਂ ਦਿੱਤਾ ਘਟਾ ਦਿਓ, ਪਰ ਬਾਕੀ ਜਿਹੜੀ ਐਕਚੁਅਲ 90 ਰੁਪਏ ਕੋਸਟ ਹੈ, ਉਸ 90 ਰੁਪਏ ਕੋਸਟ ਨੂੰ ਠੀਕ ਤਰੀਕੇ ਨਾਲ ਕੈਲਕੂਲੇਟ ਕਰੋ C2+ 50% ਫਾਰਮੂਲੇ ਨਾਲ। ਮਤਲਬ ਮੇਰੇ ਜ਼ਮੀਨ ਦੀ ਲਾਗਤ, ਮੇਰੀ ਜ਼ਮੀਨ ਦਾ ਆਪਸ਼ਨਲ ਰੈਂਟ ਜਿਵੇਂ ਠੇਕੇ ਦੇ ਦਿੱਤੀ ਜਾਂ ਕੋਈ ਕੋਈ ਆਪਸ਼ਨਲ ਇਨਕਮ ਜਿਹੜੀ ਹੋ ਸਕਦੀ ਹੈ ਉਹਦੀ ਕੋਸਟ, ਪਲੱਸ ਮੇਰਾ ਜਿਹੜਾ ਬੀਜ, ਖਾਦ, ਰਸਾਇਣ ਵਗੈਰਾ ਉਹਦੀ ਕੋਸਟ,
ਮੈਂ ਜਿਹੜੀ ਮਜ਼ਦੂਰੀ ਕੀਤੀ ਉਹਦੀ ਕੋਸਟ ਇੰਕਲੂਡ ਕਰੋ, ਪਲੱਸ ਉਹਦੇ ਵਿੱਚ ਜਿਹੜਾ ਮਾਰਕੀਟ ਸਿਨੈਰੀਓ ਦੇ ਅਕੋਰਡਿੰਗਲੀ, ਓਪਨ ਮਾਰਕੀਟ ਜਿਹੜੀ ਇਹ ਕਹਿੰਦੇ ਨਾ ਬਾਰ ਬਾਰ ਓਪਨ ਮਾਰਕੀਟ ਓਪਨ ਮਾਰਕੀਟ, ਓਪਨ ਮਾਰਕੀਟ 'ਚ ਉਰਵਰਕ ਦਾ ਜੋ ਭਾਅ ਤੈਅ ਹੋਇਆ ਉਹਦੀ ਕੋਸਟ, ਜਿਹੜਾ ਮੈਂ ਮਜ਼ਦੂਰ ਹਾਇਰ ਕੀਤਾ ਉਹ ਪੈਸੇ ਤਾਂ ਉਹਨੂੰ ਵੀ ਦੇਣੇ ਨਾ, ਜਿਹੜਾ ਮੈਂ ਪਿੰਡ ਦੇ ਵਿੱਚੋਂ ਕੋਈ ਬੰਦਾ ਸੀਰੀ ਪਾਲੀ ਆਪਣੇ ਨਾਲ ਰੱਖਾਂਗਾ ਉਹਨੂੰ ਵੀ ਦੇਣੀ ਪੈਣਗੀ ਨਾ, ਉਹਦੀ ਕੋਸਟ ਔਰ ਲੈਂਡ ਰੈਂਟ ਇਹਦੀ ਕੋਸਟ, ਇਹਨੂੰ ਜੋੜ ਕੇ ਇਹਦੇ ਉੱਪਰ 50% ਕੈਲਕੂਲੇਟ ਕਰਕੇ ਸਾਨੂੰ ਦਿਓ। ਬੀਜੇਪੀ ਵਾਲੇ ਤਾਂ ਕਹਿੰਦੇ ਆ, ਕਹਿ ਰਹੇ ਕਿ ਮੋਦੀ ਸਾਹਿਬ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਵੀ ਪਾ ਰਹੇ ਆ ਕਿਸ਼ਤ ਦੇ ਤੌਰ 'ਤੇ। ਅਸੀਂ ਚਾਹੁੰਦੇ ਨਹੀਂ ਪੈਸੇ, ਅਸੀਂ ਫ੍ਰੀ ਵਾਲੀ ਚੀਜ਼ ਚਾਹੁੰਦੇ ਨਹੀਂ, ਨਾ ਪਾਓ। ਅਸੀਂ ਕਹਿੰਦੇ ਨੇ ਸਾਨੂੰ MSP ਗਰੰਟੀ ਕਾਨੂੰਨ ਦੇ ਦਿਓ, ਸਾਨੂੰ MSP ਦੇ ਦਿਓ, ਸਾਨੂੰ ਨਹੀਂ ਚਾਹੀਦੇ। ਮੋਦੀ ਸਾਹਿਬ ਕਹਿੰਦੇ ਪੈਸੇ ਪਾਏ ਆ, ਮੇਰੇ 10 ਕਿਲੋ ਜ਼ਮੀਨ ਦੇ ਆ, ਮੇਰੇ ਕੋਲ ਤਾਂ ਇੱਕ ਪੈਸਾ ਨਹੀਂ ਅੱਜ ਤੱਕ। ਹੋਰ ਇਹ ਕਹਿ ਰਹੇ ਕਹਿੰਦੇ ਵੀ ਮੰਡੀਆਂ, ਹੁਣ ਮੈਂ ਤੁਹਾਨੂੰ ਮੰਡੀ, ਮੈਂ ਆਸਟ੍ਰੇਲੀਆ ਤੋਂ ਆਇਆ ਹੁਣੀ ਮੁੜ ਕੇ ਆਇਆ, ਜਿਵੇਂ 15 ਦਿਨ ਹੀ ਹੋਇਆ ਇਹਨੂੰ। ਇੱਕ ਕੋਪਰੇਟ ਘਰ ਦੀ ਮੰਡੀ ਹੈ, ਇੱਕ ਸਰਕਾਰੀ ਮੰਡੀ ਹੈ। ਮੈਂ ਵਪਾਰੀ ਹਾਂ, ਛੋਟਾ ਵਪਾਰੀ, ਇਹ ਜ਼ਿਮੀਂਦਾਰ ਹੈ, ਇਹ ਜ਼ਿਮੀਂਦਾਰ ਚਲੇ ਗਿਆ ਉੱਥੇ ਵੇਚਣ। ਕੋਪਰੇਟ ਘੁਮਾਉਣੇ ਵਾਲੇ ਤਾਂ 10 ਘੰਟੇ ਪਹਿਲਾਂ ਕਿ 5 ਘੰਟੇ ਲੱਗ ਬਹਿਣਾ, ਉਹਨਾਂ ਤੋਂ ਕੋਈ ਵਿਹਲੇ ਹੈ। ਸਰਕਾਰੀ ਵਾਲੇ ਤਾਂ ਮੈਂ ਟਾਈਮ ਸੁਣਾਉਣਾ, ਉਹਨੇ ਇਹਨੂੰ ਆ ਕੇ ਕਹਿਣਾ ਵੀ ਛੱਡ ਪਰੇ, ਤੂੰ ਕਹਿੰਦੇ ਇੱਥੇ 10 ਘੰਟੇ ਬੈਠਣਾ, 5 ਘੰਟੇ ਬੈਠਣਾ, ਮੈਨੂੰ ਵੇਚਦੇ ਸਾਰੀ ਮੈਂ ਤਾਰੇ $10 ਨੂੰ ਸਾਰੀ ਫਸਲ ਚੱਕਦਾ, ਜਾਂ 100 ਰੁਪਏ ਕਿਲੋ ਤੇਰੀ ਫਸਲ ਸਾਰੀ ਚੱਕਦਾ, 100 ਰੁਪਏ ਕੁਇੰਟਲ ਵਾਲੇ ਜਿਨ ਜੋ ਇਹ ਉਦਾਹਰਨ ਤੌਰ 'ਤੇ ਹੈ। ਕੋਪਰੇਟ ਘਾਣੇ ਖਲੀ ਮੈਂ ਆ ਗਿਆ ਵਪਾਰੀ, ਸਰਕਾਰੀ ਮੰਡੀਆਂ ਕੋਲ ਕਹਿੰਦੀ ਮੇਰੇ ਕੋਲ ਸਮਾਨ ਹੈ ਨਹੀਂ, ਮੈਂ ਇਹਨੂੰ ਕੋਪਰੇਟ ਘਾਣੇ ਮੰਡੀ ਤੋਂ ਖਰੀਦੂੰਗਾ। ਉਹਨੇ ਜਿਹੜੀ ਇਹਨੇ 100 ਰੁਪਏ ਕੀਤੀ, ਮੈਨੂੰ 150 ਰੁਪਏ ਦਊਗਾ, 150 ਰੁਪਏ ਲੈ ਲਈ ਮੈਂ। ਮੈਂ ਅੱਗੇ ਪਬਲਿਕ 'ਚ ਵੇਚਣੀ ਹੈ, ਮੈਂ 150-200 ਨੂੰ ਵੇਚੂੰਗਾ, ਮੈਂ ਮੁਨਾਫਾ ਕਰਾਂਗਾ, ਡਬਲ ਵੇਚੂੰਗਾ, 300 ਨੂੰ ਵੇਚੂੰਗਾ। ਅਤੇ ਫਿਰ ਕੋਪਰੇਟ ਘਾਣੇ ਨੂੰ ਫਾਇਦਾ ਹੋਊਗਾ, ਸਾਨੂੰ ਫਾਇਦਾ ਹੋਇਆ, ਕਿਸਾਨ ਤਾਂ ਮਜ਼ਦੂਰ ਬਣ ਗਿਆ, ਉਹਦੇ ਖੇਤ ਉਹੀ ਮਜ਼ਦੂਰ। ਇਹ ਹੈ ਮੋਦੀ, ਜੇ ਮੋਦੀ ਕਹਿੰਦਾ ਬਾਹਰ ਦੀਆਂ ਨੀਤੀਆਂ ਲੈ ਕੇ ਆਉਣੀਆਂ ਤਾਂ ਬਾਹਰ ਦੀਆਂ ਸਹੂਲਤਾਂ ਵੀ ਦੇ ਦਿਓ ਸਾਨੂੰ। ਬਾਪੂ ਜੀ, ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦਾ ਹਿਸਾਬ ਕਿਤਾਬ ਹੈਗਾ ਖੇਤੀ ਦਾ? ਚੱਲ ਰਿਹਾ ਫਰਾਂਸ, ਚੱਲ ਰਿਹਾ ਸਵਿਟਜ਼ਰਲੈਂਡ, ਚੱਲ ਰਿਹਾ ਇੰਡੋਨੇਸ਼ੀਆ, ਚੱਲ ਰਿਹਾ ਨਹੀਂ ਦਿਖਾਉਂਦਾ ਤੁਹਾਨੂੰ। ਹੁਣ ਵੀ ਮੇਰੇ ਕੋਲ ਫੋਟੋਆਂ ਪਈਆਂ ਵੀ ਟਰੈਕਟਰ ਨਾਲ ਕੀਤਾ, ਚੱਕ ਚੱਕ ਬੈਰੀਕੇਡ ਮਾਰ ਰਹੇ ਆ। ਉਹ ਵੀ ਕਹਿੰਦੇ ਸਾਨੂੰ ਜਿਹੜੇ WTO ਤੋਂ ਬਾਹਰ ਕੱਢੋ, ਨਹੀਂ ਗੋਲੇ ਚੱਲੇ ਉੱਥੇ, ਗੋਲੇ ਚਲਾਉਂਦੇ ਹੀ ਨਹੀਂ ਕੋਈ ਵੀ ਉੱਥੇ, ਸੜਕ ਦੇ ਐਕਸੀਡੈਂਟ ਉੱਥੇ ਤਾਂ ਕੋਈ ਪੁਲਿਸ ਨਹੀਂ ਆਉਂਦੀ, ਕੁਛ ਨਹੀਂ ਆਉਂਦੀ, ਆਟੋਮੈਟਿਕ ਤੁਹਾਡਾ ਸਾਰਾ ਕੁਛ ਮਿਲ ਜੂਗਾ, ਆਟੋਮੈਟਿਕ ਮਿਲ ਜਾਂਦਾ, ਕੋਈ ਪੁਲਿਸ ਨਹੀਂ ਆਉਣੀ, ਕੁਛ ਨਹੀਂ ਆ, ਉੱਥੇ ਸਹੂਲਤਾਂ ਦਿਓ। ਅਸੀਂ ਕਹਿੰਦੇ ਉੱਥੇ ਸਹੂਲਤਾਂ ਦੇ ਦਿਓ। ਉੱਧਰ ਵੀ ਕੀਤਾ ਪ੍ਰੋਟੈਸਟ ਤੁਸੀਂ? ਅਸੀਂ ਉੱਥੇ ਪ੍ਰੋਟੈਸਟ ਕੀਤਾ, ਅਸੀਂ ਤਾਂ ਟੂਰਿਸਟ ਵੀ ਲਿਆ, ਉੱਥੇ ਡਿਪੋਰਟ ਥੋਕੇ ਥੋੜ੍ਹੀ ਆਉਣਾ ਸੀਗਾ। ਦੇਖੋ ਜਿਹੜੀ ਤੁਸੀਂ ਨਾ ਇਹ ਗੱਲ ਕਰ ਰਹੇ ਆ ਵੀ ਆਪਣਾ ਵੀ ਕਿਸਾਨ, ਅਸਲ ਦੇ ਵਿੱਚ ਨਾ ਜਿਵੇਂ ਮੀਡੀਆ ਦੇ ਉੱਤੇ ਵਾਰ ਵਾਰ ਆਮ ਲੋਕ ਕਮੈਂਟਾਂ ਦੇ ਵਿੱਚ ਵੀ ਅਸੀਂ ਕਮੈਂਟ ਵੀ ਪੜ੍ਹਦੇ ਰਹਿੰਦੇ ਹਾਂ, ਲੋਕ ਨਾ ਯਾਰ ਇਹ ਕਹਿੰਦੇ ਵੀ ਕਿਸਾਨ ਵਿਹਲੇ ਆ, ਠੀਕ ਆ ਵੀ ਇਹ ਧਰਨਾ ਲਾਉਂਦੇ ਹਾਂ, ਅੰਦੋਲਨਕਾਰੀ ਆ, ਅੰਦੋਲਨ ਜੀਵੀ ਆ। ਮੈਂ ਇਹ ਚੀਜ਼ ਨੂੰ ਨਾ ਸਿੰਪਲ ਇੱਦਾਂ ਸਮਝਾਉਂਦਾ, ਦੇਖੋ ਕੋਈ ਵੀ ਬੰਦਾ, ਮੰਨ ਲਓ ਹੁਣ ਕੋਈ ਸਰਕਾਰੀ ਮੁਲਾਜ਼ਮ ਆ, ਉਹ ਜੋਬ ਕਰਦਾ 50,000 ਦੀ, 60,000 ਦੀ, ਕੋਈ ਟੀਚਰ ਏ ਲਾ ਲਓ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਂਦਾ। ਜੇ ਉਹ ਆਪਣੀ ਗੱਡੀ ਲੈ ਕੇ ਜਾ ਰਿਹਾ, ਗੱਡੀ ਲੈ ਕੇ ਆ ਰਿਹਾ, ਉਹ ਸਾਰੇ ਖਰਚਿਆਂ ਨੂੰ ਕੈਲਕੂਲੇਟ ਕਰਕੇ ਆਪਣਾ ਮੁਨਾਫਾ ਜੇ ਉਹਨੂੰ ਬਚੂਗੀ ਤਾਂ ਹੀ ਉਹ ਜੋਬ ਕਰੂਗਾ। ਐਂ ਤਾਂ ਹੁਣ ਪੰਜਾਬ ਸਰਕਾਰ ਨੇ 1,050 ਸਰਕਾਰੀ ਪਟਵਾਰੀ ਦੀਆਂ ਪੋਸਟਾਂ ਕੱਢੀਆਂ ਸੀ, ਜਿਹਦੇ ਵਿੱਚੋਂ ਲੱਗਣ ਤੋਂ ਬਾਅਦ 350 ਪਟਵਾਰੀ ਛੱਡ ਕੇ ਚਲਾ ਗਿਆ, ਕਿਉਂਕਿ ਸਰਕਾਰ ਸਿਰਫ ਉਹਨਾਂ ਨੂੰ ਪ੍ਰੋਵੀਜ਼ਨਲ ਪੀਰੀਅਡ 'ਤੇ 5,000 ਰੁਪਏ ਦੇ ਰਹੀ ਸੀ। ਬਿਲਕੁਲ, ਹਾਂਜੀ ਪ੍ਰਤੀਕ ਬਾਈ ਤੋਂ ਸਵਾਲ ਹੈ ਇਹ ਗੱਲ ਜੀ, ਹੁਣ ਮੈਂ ਬਾਈ ਜੀ ਨੂੰ ਪੁੱਛਿਓ ਤੁਸੀਂ, ਪਰ ਮੈਂ ਇਹ ਗੱਲ ਕੰਪਲੀਟ ਮੈਂ ਤੁਹਾਨੂੰ ਐਵੇਂ ਕਹਿਣਾ ਚਾਹੁੰਦਾ ਵੀ ਕਿਸਾਨ ਨੇ ਵੀ ਯਾਰ ਸਾਰੀ ਚੀਜ਼ਾਂ ਦੀ ਆਪਣੀ ਵੈਲਿਊ ਕੱਢਣੀ ਆ, ਜ਼ਮੀਨ ਦਾ ਵੀ ਕਿਰਾਇਆ ਕੱਢਣਾ, ਟਰੈਕਟਰ ਦਾ ਵੀ ਖਰਚਾ ਕੱਢਣਾ। ਅੱਗੇ ਕਿਸਾਨ ਥੋੜ੍ਹਾ ਜਿਹਾ ਭੌਲਾ ਸੀ ਕਿ ਕਿਸਾਨ ਆਪਣੇ ਆਪੇ ਖੇਤੀ ਕਰਦਾ ਸੀ, ਆਪਣੇ ਆਪੇ ਉਹ ਆਪਣੀ ਲੇਬਰ ਨਹੀਂ ਵਿੱਚ ਜੋੜਦਾ ਸੀ। ਜੇ ਹੁਣ ਬਾਹਰ ਤੋਂ ਅਸੀਂ ਮੰਗਾ ਰਹੇ ਹਾਂ, UP ਤੋਂ ਬਿਹਾਰ ਤੋਂ ਉਹ ਲੇਬਰ ਵਾਲੇ ਆਪਾਂ ਜੋੜ ਰਹੇ ਹਾਂ, ਉਹ ਸਾਰੀ ਚੀਜ਼ਾਂ ਦਾ ਕੈਲਕੂਲੇਸ਼ਨ ਹੋ ਕੇ ਪ੍ਰੋਫਿਟ ਨਿਕਲੇਗਾ। ਇਹ ਇੱਕ ਆਪਸ਼ਨ ਵੀ ਹੁੰਦਾ ਸੀਗਾ, ਕਹਿ ਰਹੇ ਕਿ ਜਿਹੜੇ ਨੌਜਵਾਨ ਪੜ੍ਹਦੇ ਨਹੀਂ ਸੀਗੇ ਆ ਸਕੂਲੇ, ਉਹਨਾਂ ਨੂੰ ਮਾਂ ਪਿਓ ਕਹਿੰਦੇ ਸੀ ਸਕੂਲੇ ਨਹੀਂ ਜਾਣਾ, ਚੱਲ ਖੇਤ 'ਚ ਚੱਲ ਖੇਤੀ ਕਰ,
ਹੁਣ ਤਾਂ ਮਾਂ ਪਿਓ ਵੀ ਨਹੀਂ ਕਹਿੰਦੇ, ਹੁਣ ਤਾਂ ਕਹਿੰਦੇ ਕਿ ਜ਼ਮੀਨ ਕਦੋਂ ਵਿਕੇ ਜਾਂ ਕਿਤੋਂ ਪੈਸੇ ਫੜੀਏ ਅਤੇ ਬਾਹਰ ਭੇਜੀਏ ਮੁੰਡਾ। ਵੀਰੇ ਮਜਬੂਰੀ ਹੋ ਗਈ ਹੈ, ਕਿਸੇ ਦਾ ਜੀ ਨਹੀਂ ਕਰਦਾ। ਦੇਖੋ ਕਿਸੇ ਆ ਸਾਡੇ ਬਜ਼ੁਰਗ ਖੜ੍ਹੇ, ਕਿਸੇ ਦਾ ਜੀ ਕਰਦਾ ਵੀ ਆਪਣਾ ਬੱਚਾ ਆਪਣੇ ਤੋਂ ਦੂਰ ਕਰੇ। ਸਾਨੂੰ ਮਜਬੂਰ ਕਰਤਾ ਇਹਨਾਂ ਨੇ, ਕੀ ਕੀਤਾ ਇਹਦੀ ਪੋਲਿਸੀ ਕੀ ਹੈ ਕਿ ਜਿਹੜੀ WTO ਹੈ ਉਹ ਹੁਣ ਕੀ ਚਾਹ ਰਹੀ ਹੈ ਕਿ ਜਿਹੜਾ ਧੰਦਾ ਹੈ ਨਾ, ਵਪਾਰ ਹੈ, ਉਹ ਸੜਕ ਦੇ ਰਾਹੀਂ ਜਾਂ ਰੇਲਾਂ ਰਾਹੀਂ ਹੋਵੇ, ਕਿਉਂਕਿ ਸ਼ਿਪ ਦੇ ਰਾਹੀਂ ਟਾਈਮ ਬਹੁਤ ਲੱਗ ਜਾਂਦਾ, ਪਲੇਨ ਦੇ ਵਿੱਚ ਕੁਆਂਟਿਟੀ ਨਹੀਂ ਜਾਂਦੀ ਉਨੀ, ਕੁਆਂਟਿਟੀ ਘੱਟ ਜਾਂਦੀ ਆ। ਹੁਣ ਉਹ ਸੜਕੀ ਵਪਾਰ ਜੇ ਸ਼ੁਰੂ ਕਰਨਾ ਤਾਂ ਇਹ ਫਸਲਾਂ ਤੁਹਾਡੀਆਂ ਜ਼ਮੀਨਾਂ 'ਤੇ ਕਬਜ਼ਾ ਆਪ ਚਾਹੁੰਦੇ ਆ। ਇਹਨਾਂ ਨੇ ਪਹਿਲਾਂ ਤੁਹਾਡੀ ਤੁਹਾਨੂੰ ਨੀਤੀਆਂ ਐਸੀਆਂ ਬਣਾਈਆਂ ਕਿ ਕਿਸਾਨਾਂ ਨੂੰ ਇੱਦਾਂ ਦੀ ਨੀਤੀ ਬਣਾ ਦਿਓ ਕਿ ਇਹ ਆਪਣੀ ਖੇਤੀ ਕਰਨੀ ਛੱਡ ਜਾਣ। ਹੁਣ ਸਾਡੇ ਬਜ਼ੁਰਗ ਕਿਉਂ ਕਹਿੰਦੇ ਬਾਈ ਤਾਂ ਖੇਤੀ ਨਹੀਂ ਕਰਨੀ, ਉਹਨਾਂ ਨੂੰ ਪਤਾ ਯਾਰ ਬਚਣਾ ਹੀ ਕੁਛ ਨਹੀਂ ਹੈ, ਜਦੋਂ ਮਿਹਨਤ ਵੀ ਇੰਨੀ ਕਰਨੀ, ਸਰਦੀ 'ਚ ਵੀ ਝੱਲਣੀ ਆ, ਗਰਮੀ ਵੀ ਝੱਲਣੀ ਆ। ਪਹਿਲਾਂ ਤਾਂ ਇਹ ਤਾਂ ਹੁਣ ਚਲੋ ਮਾੜੀ ਮੋਟੀ ਲਾਈਟ ਠੀਕ ਹੋ ਗਈ, ਪਹਿਲਾਂ ਤਾਂ ਰਾਤ ਨੂੰ 12-12 ਲਾਈਟ ਆਉਂਦੀ ਸੀ, ਔਰ 3-4 ਡਿਗਰੀ ਟੈਂਪਰੇਚਰ ਹੁੰਦਾ ਸੀ, ਨੰਗੇ ਪੈਰ ਜਾ ਕੇ ਪਾਣੀ ਲਾਉਣਾ, ਕਦੇ ਕੋਈ ਸੱਪ ਲੜ ਜਾਣਾ, ਕਦੇ ਕੁਛ ਹੋ ਜਾਣਾ, ਸੋ ਦਿੱਕਤਾਂ ਸੀਗੀਆਂ। ਇਸੇ ਕਰਕੇ ਕਿਸਾਨ ਨੇ ਕਿਹਾ ਆਪਣੇ ਪੁੱਤ ਨੂੰ ਵੀ, ਪੁੱਤ ਤੂੰ ਖੇਤੀ ਨਹੀਂ ਕਰਨੀ ਹੈ, ਜੇ ਖੇਤੀ ਵਧੀਆ ਧੰਦਾ ਹੁੰਦਾ ਤਾਂ ਉਹਨੂੰ ਪੜ੍ਹਾਉਂਦਾ ਵੀ, ਨਾਲ ਖੇਤੀ ਵੀ ਕਰਦਾ ਕਰਵਾਉਂਦਾ, ਹੈ ਨਾ। ਤਾਂ ਉਹਨਾਂ ਨੇ ਹਟਾ ਤੇ, ਲੋਕ ਬਾਹਰ ਭੇਜਣੇ ਸ਼ੁਰੂ ਕਰਤੇ, ਕਿਉਂ? ਉਹ ਅਗਲਾ ਹਰੇਕ ਬੰਦਾ ਵੀ ਚੰਗ ਵਧੀਆ ਲਾਈਫ ਸਟਾਈਲ, ਕੌਣ ਨਹੀਂ ਚਾਹੁੰਦਾ? ਹਰ ਇੱਕ ਬੰਦਾ ਚਾਹੁੰਦਾ ਮੈਂ ਵਧੀਆ ਪਾਵਾਂ, ਵਧੀਆ ਖਾਵਾਂ, ਹੈ ਨਾ, ਵਧੀਆ ਚੀਜ਼ ਮੇਰੇ ਕੋਲ ਹੋਵੇ, ਵਧੀਆ ਗੱਡੀ ਹੋਵੇ, ਵਧੀਆ, ਹਰ ਇੱਕ ਬੰਦਾ ਚਾਹੁੰਦਾ ਯਾਰ, ਹਰ ਇੱਕ ਦੀ ਇੱਛਾ। ਤੁਸੀਂ ਕਿਸੇ ਦੀ ਇੱਛਾ 'ਤੇ ਤੁਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ। ਹੁਣ ਸਾਡੇ ਏਰੀਏ 'ਚ ਕੀ ਹੋਇਆ, ਪੁਆਧ ਦੇ ਵਿੱਚ ਸਾਡੇ ਏਰੀਏ ਦੇ ਵਿੱਚ ਸਾਨੂੰ ਪਾਣੀ ਨਹੀਂ ਕਿਸੇ ਪਾਸੋਂ ਆਇਆ, ਧਰਤੀ ਵਾਲਾ ਪਾਣੀ ਸਾਡਾ ਬਹਿ ਸੀ, ਪਹਿਲਾਂ ਵੀ ਡੂੰਘਾ ਸੀ, ਹੁਣ ਕੁਛ ਹੋਰ ਡੂੰਘਾ ਹੋ ਗਿਆ। ਸਾਨੂੰ ਇੱਥੇ ਜ਼ਮੀਨਾਂ ਦੇ ਰੇਟ 14-14 ਕਰੋੜ ਰੁਪਏ ਨੂੰ ਕੀਲਾ ਕਰਤਾ, ਅਸੀਂ ਵੀ ਫਸ ਗਏ। ਜੇ ਨਾ ਵੇਚੀਏ ਤਾਂ ਫਸ ਗਏ, ਜੇ ਵੇਚੀਏ ਤਾਂ ਫਸ ਗਏ, ਅਸੀਂ ਦੋਵੇਂ ਪਾਸੇ ਨੂੰ ਮਰ ਗਏ। ਨਹੀਂ ਵੇਚਾਂਗੇ, ਸਾਡੇ ਕੋਲ ਧਰਤੀ 'ਚ ਪਾਣੀ ਨਹੀਂ, ਅਸੀਂ ਖੇਤੀ ਨਹੀਂ ਕਰਨ ਜੋਗੇ। ਹੁਣ ਦੇਖੋ ਹਰ ਇੱਕ ਬੰਦੇ ਨੇ ਕੁਛ ਨਾ ਕੁਛ ਤਾਂ ਕਮਾਉਣਾ, ਇਸ ਕਰਕੇ ਪ੍ਰੋਬਲਮ ਆਈ ਆ ਕਿਸਾਨਾਂ ਨੂੰ, ਮਜਬੂਰਨ ਬਸ ਆਪਣੇ ਜਵਾਕ ਜਿਹੜੇ ਉਹ ਬਾਹਰ ਭੇਜਣੇ ਪਏ ਆ। ਜੇ ਸਾਨੂੰ ਅੱਜ ਖੇਤੀ 'ਚੋਂ 4 ਪੈਸੇ ਬਚਦੇ, ਅਸੀਂ ਇੱਥੇ ਹੀ ਕਮਾਵਾਂਗੇ, ਕਿਉਂ ਨਹੀਂ ਕਮਾਵਾਂਗੇ ਬਈ? ਬਿਲਕੁਲ, ਅਤੇ ਤਸਵੀਰਾਂ ਹੋਰ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦਿਓ, ਅਤੇ ਮੋਹਾਲੀ ਦੀਆਂ ਤਸਵੀਰਾਂ ਨੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਜਿਹੜਾ ਰੇਲਵੇ ਸਟੇਸ਼ਨ ਆ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਰੇਲ ਰੋਕੋ ਸੱਦਾ ਜਿਹੜਾ ਦਿੱਤਾ ਗਿਆ, ਰੇਲਾਂ ਰੋਕੀਆਂ ਗਈਆਂ 12-4 ਤੱਕ, ਪਰ ਕਿਸਾਨ ਸਾਫ ਤੌਰ 'ਤੇ ਕਹਿ ਰਹੇ ਕਿ ਦਿੱਕਤ ਸਾਡੇ ਬੰਦਿਆਂ ਨੂੰ ਹੀ ਹੈਗੀ ਹੈ, ਪੰਜਾਬੀਆਂ ਨੂੰ ਹੀ ਹੈਗੀ ਹੈ, ਪਰ ਅਸੀਂ ਕੀ ਕਰੀਏ? ਬੀਬੀਆਂ ਵੀ ਵੱਡੇ ਪੱਧਰ 'ਤੇ ਪਹੁੰਚੀਆਂ ਹੋਈਆਂ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਅਤੇ ਇਹ ਪ੍ਰੋਟੈਸਟ ਨੂੰ ਲੈ ਕੇ। ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬੋਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਬੜੀ ਜਰਨਲਿਸਟ ਅਮਨ ਦੇ ਨਾਲ ਮਾਈ ਪੰਜਾਬੀ TV ਮੋਹਾਲੀ।